ਤੁਸੀਂ ਲਾਹੌਰ ਵਾਲਿਓ ਮੈਨੂੰ ਉਦੋਂ ਦਾ ਜਾਣਦੇ ਹੋ ਜਦੋਂ ਦਾ ਮੈਂ ਮੌਲਵੀਆਂ ਖਤੀਬ ਆ ਜਦੋਂ ਮੈਂ ਸਕੂਲ ਜਾਂਦਾ ਸਾਂ ਸਾਈਕਲ ਤੇ ਤੁਸੀਂ ਮੈਨੂੰ ਉਦੋਂ ਦੇ ਨਹੀਂ ਜਾਣ ਤੂੰ ਜਦੋਂ ਮੈਨੂੰ ਵੇਖਿਆ ਗੱਡੀ ਤੇ ਵੇਖੇ ਉਹ ਆਂਦਾ ਇਹਦੇ ਸਾਈਕਲ ਤੇ ਤੁੱਕੇ ਫੇਰ ਹੋ ਗਿਆ ਸਾਰੇ ਜਿਹੜਾ ਡਿੱਗਦਾ ਹੈ ਨਾ ਬੰਦਾ ਉਹ ਪਹਿਲਾਂ ਦੁਆਲਿਓ ਵਿੰਦਾ ਵੀ ਕੋ ਵਿੰਦਾ ਤੈਨੂੰ ਜਿਹੜੀ ਆਦਤ ਹੈ ਬੰਦੇ ਦੀ ਖਤਮ ਤੇ ਇਨਸ਼ਾਅੱਲਾ ਅਗਲੀ ਗੱਲ ਇਹ ਵੀ ਜਿਹੜਾ ਵਿੰਦਾ ਹੈ ਉਹ ਚੁੱਕਦਾ ਨਹੀਂ ਪਹਿਲਾਂ ਹੱਸਦਾ ਅੱਜ ਮੈਂ ਤੁਸੀਂ ਅਸਲ ਨਾਣ ਪੈ ਜਾਂਦਾ ਸੀ ਉਸ ਦੌਰਾਨ ਤੇ ਸਾਡਾ ਪਿੰਡ ਇੰਜ ਕਰਕੇ ਮਿਟਾ ਜੀ ਜਿਹਨੀ ਉੱਚਾ ਦਰਮਿਆਨ 'ਚ ਉੱਚਾ ਦਰਮਿਆਨ 'ਚ ਉੱਚੇ ਥਾਂ ਗਏ ਉੱਥੇ ਮੈਂ ਬਾਰਿਸ਼ ਹੋਈ ਸੀ ਉਹ ਬਾਰਿਸ਼ ਮੇਰੇ ਦੋਵੇਂ ਪੈਰ ਨਿਕਲ ਗਏ ਇੱਧਰ ਸਾਬਣ ਇੱਧਰ ਤੌਲੀਆ ਮੁੰਡ ਦੇ ਦੋਵੇਂ ਪੈਰ 'ਚੋਂ ਨਿਕਲੇ ਤਾਂ ਮੈਂ ਸਿੱਧਾ ਹੀ ਥਰ ਬਹਿ ਗਿਆ ਚਿੱਕੜ ਦੇ ਵਿੱਚ ਇੱਥੋਂ ਡਿੱਗ ਪਈ ਅਰਸ਼ਾ ਸਾਬਣ ਕਿਧਰੇ ਹੋ ਕਿਧਰੇ ਤੁਸੀਂ ਯਕੀਨ ਕਰੋ ਕੁਰਾਨ ਸਾਹਮਣੇ ਮੈਂ ਬਣਾ ਕੇ ਗੱਲ ਨਹੀਂ ਪਿਆ ਕਰਦਾ ਐਡੀ ਕੁੜੀ ਇਹ ਐਡੀ 79 ਦੀ ਗੱਲ ਛੱਤ 'ਤੇ ਖਲੋਤੀ ਸੀ ਉਸ ਉੱਤੋਂ ਐਲਾਨ ਕੀਤਾ ਪਾ ਨਾਸਰ ਡਿੱਗ ਪਿਆ ਜੀ ਮੈਂ ਥੱਲੇ ਦਫਾ ਉਹ ਮੈਂ ਆਪਣੇ ਨਫਸਾਂ ਤੇ ਤੁਹਾਡੇ ਨਫਸਾਂ ਦੀ ਤੇ ਸ਼੍ਰੀ ਕੁਰਾਨ ਚੋਂ ਪੜ੍ਹ ਲਾਂ ਤੇ ਫਿਰ ਇੱਕ ਜੁਮਲਾ ਹੋਰ ਕਹਿ ਦਿੰਦਾ ਅੱਲਾਹ ਪਾਕ ਨੇ ਇਰਸ਼ਾਦ ਫਰਮਾਇਆ ਅਲਜ਼ੀਨਾ ਯਜਤਨਿਬੂਨਾ ਕਬਾਇਰ ਅਲਇਸਮੀ ਸੂਰਾ ਮੁਬਾਰਕਾ ਨਜਮ ਖਾਲਿਕ ਫਰਮਾਤਾ ਵੋ ਲੋਕ ਜੋ ਬੜੇ ਬੜੇ ਗੁਨਾਹੋਂ ਸੇ ਬਚਤੇ ਹੈ ਬੜੇ ਬੜੇ ਗੁਨਾਹੋਂ ਸੇ ਬਚਤੇ ਹੈ ਹਾਂ ਇਲਲਲਮਾਮਾ ਲਮਾਮਾ ਮਤਲਬ ਛੋਟੇ ਛੋਟੇ ਸਵਾਇ ਛੋਟਿਆਂ ਛੋਟਿਆਂ ਤੋਂ ਵੱਡਿਆਂ ਵੱਡਿਆਂ ਤੋਂ ਬਚਦੇ ਨੇ ਸਵਾਇ ਛੋਟਿਆਂ ਛੋਟਿਆਂ ਤੋਂ ਹੈ ਤੇਰੀ ਇੱਜ਼ਤ ਤੋਂ ਸਦਕਾ ਉਹਨੂੰ ਬੜਾ ਪਤਾ ਹੈ ਵੱਡੇ ਵੱਡੇ ਕਿਹੜੇ ਕਰਦੇ ਨੇ ਤੇ ਛੋਟੇ ਛੋਟੇ ਕਿਹੜੇ ਕਰਦੇ ਅੱਲਾ ਰਿਆਇਤ ਰੱਖੋ ਕੀ ਬਗਦ ਅੱਲਾ ਫਰਮਾਉਂਦੇ ਨੇ ਵੋ ਆਦਮੀ ਜੋ ਇਜਤਨਾਬ ਕਰਤੇ ਹੈ ਬੜੇ ਬੜੇ ਗੁਨਾਹੋਂ ਸੇ ਬੜੀਆਂ ਬੜੀਆਂ ਬੇਹਯਾਈਆਂ ਸੇ ਬੇਹਯਾਈਆਂ ਸੇ ਔਰ ਬੜੇ ਬੜੇ ਕਬਾਇਰ ਗੁਨਾਹੋਂ ਸੇ ਵੋ ਬਚ ਕੇ ਰਹਤੇ ਹੈ ਇਲਲਮਮ ਲੇਕਿਨ ਜ਼ਰਾ ਹੋ ਜਾਤੇ ਹੈ ਛੋਟੇ ਛੋਟੇ ਗੁਨਾਹ ਛੋਟੇ ਛੋਟੇ ਗੁਨਾਹ ਔਰ ਕਰ ਜਾਤੇ ਹੈ ਪਤਾ ਸਾਰਿਆਂ ਨੂੰ ਅੱਲਾ ਨੂੰ ਸਾਰਿਆਂ ਦਾ ਇਹ ਸਾਰੀ ਗੱਲ ਕਰਨ ਤੋਂ ਬਾਅਦ ਅੱਲਾ ਫਰਮਾਉਂਦਾ ਫਿਰ ਅੱਲਾ ਫਰਮਾਉਂਦਾ ਇਨਾ ਰੱਬਕਾ ਵਾਸਿਉਲ ਮਗਫਿਰਤੀ ਪਰੇਸ਼ਾਨ ਹੋਣੇ ਕੀ ਜ਼ਰੂਰਤ ਨਹੀਂ ਤੁਹਾਰੇ ਰੱਬ ਕੀ ਬਖਸ਼ਿਸ਼ ਬੜੀ ਵਸੀ ਹੈ ਤੁਹਾਰੇ ਰੱਬ ਕੀ ਬਖਸ਼ਿਸ਼ ਬੜੀ ਵਸੀ ਹੈ ਵਾਸੇ ਵੋ ਵਾਸੇ ਹੈ ਵੋ ਮਗਫਰਤ ਕਰਨ ਵਾਲਾ ਹੈ ਵੋ ਮਾਫੀ ਦੇਣ ਵਾਲਾ ਹੈ ਅਗਲੀ ਗੱਲ ਕਮਾਲ ਹੈ ਨਾ ਅੱਲਾ ਫਰਮਾਇਆ ਗੁਨਾਹ ਤੇ ਮੈਂ ਬਖਸ਼ ਦਿਆਂਗਾ ਬਖਸ਼ ਸਕਣਾ ਮੈਂ ਗਫੂਰਾਂ ਮੈਂ ਰਹੀਮਾਂ ਇੱਕ ਕੰਮ ਕਰਿਆ ਜੇ ਉਹ ਕੀ ਅੱਲਾ ਫਰਮਾਉਂਦਾ ਹੁਵਾ ਆਲਮੁ ਬਿਕਮ ਉਹਦੇ ਨਾਲ ਚਲਾਕੀ ਨਾ ਕਰਿਆ ਜੇ ਤੁਹਾਨੂੰ ਵਿੱਚੋਂ ਜਾਣਦਾ ਹੁਵਾ ਆਲਮੁ ਬਿਕਮ ਵੋ ਤੁਮੇ ਖੂਬ ਜਾਣਤਾ ਹੈ ਕਦੋਂ ਦਾ ਅੱਲਾ ਫਰਮਾਉਂਦਾ ਇਸ ਅਨਸ਼ਾਅਕੁਮ ਮਿਨਲ ਅਰਜ਼ੀ ਜਬ ਸੇ ਤੁਮ ਜ਼ਮੀਨ ਮੇ ਉਤਰੇ ਹੋ ਨਾ ਉਸ ਵਕਤ ਸੇ ਵੋ ਤੁਮੇ ਜਾਣਤਾ ਹੈ ਜਬ ਸੇ ਤੁਮ ਜ਼ਮੀਨ ਮੇ ਉਤਰੇ ਹੋ ਅੱਲਾ ਤੁਮੇ ਉਸ ਵਕਤ ਸੇ ਜਾਣਤਾ ਹੈ ਬਲਕਿ ਉਦੋਂ ਅੱਲਾ ਪਿੱਛੇ ਚਲਾ ਗਿਆ ਅੱਲਾ ਫਰਮਾਉਂਦਾ ਭਾਈ ਮੇਰਾ ਮੌਜ਼ੂ ਨਫਸ ਹੈ ਅੱਲਾ ਕਿਸੇ ਨਫਸ ਪਰ ਉਸਕੀ ਵਸਤ ਸੇ ਜ਼ਿਆਦਾ ਬੋਝ ਨਹੀਂ ਡਾਲਤਾ ਮੈਂ ਕਦੀ ਮੌਜ਼ੂ ਦੀ ਜਾਨ ਛੱਡੀ ਨਹੀਂ ਤੁਸਾਂ ਨਫਸ ਨੂੰ ਜ਼ਿਹਨ 'ਚ ਰੱਖਣਾ ਹੈ ਇੱਥੇ ਹੀ ਮੈਂ ਇਸ ਮੁਕਾਨਾ ਖਾਲਿਕ ਫਰਮਾਉਂਦਾ ਹੈ ਵਾ ਇਸ ਅੰਤੁਮ ਅਜਿੰਨਤੁਨ ਫੀ ਬਤੂਨੀ ਉਮਹਾਤਿਕੁਮ ਔਰ ਜ਼ਮੀਨ ਪਰ ਉਤਰਨੇ ਕੋ ਛੋੜੋ ਜਬ ਤੁਮ ਮਾਂ ਕੇ ਬਤਨੋਂ ਮੇ ਹਾਲਤ ਜਨੀਨ ਮੇ ਥੇ ਉਸ ਵਕਤ ਸੇ ਮੈਂ ਦੂਰ ਜਿਹੜਾ ਜਿਹੜਾ ਪੈਦਾ ਹੋ ਜਾਏ ਉਹਨੂੰ ਮੌਲੂਦ ਆਉਂਦਾ ਹੈ ਜਿਹੜਾ ਸਦਫੇ ਮਾਦਰ 'ਚ ਹੋਵੇ ਉਹਨੂੰ ਜਨੀਨ ਆਉਂਦਾ ਸਾਡੇ ਤੇ ਇੱਕ ਵਕਤ ਗੁਜ਼ਰਿਆ ਸਭ ਤੇ ਜਦੋਂ ਅਸੀਂ ਹਾਲ ਤੇ ਜਨੀਨ ਸਾਂ ਮਾਂ ਸਾਡੀ ਅਮੀਨਾ ਸੀ ਮੈਂ ਅੱਛੇ ਲਫ਼ਜ਼ ਇਸਤੇਮਾਲ ਕਰਨਾ ਅਸੀਂ ਅਮਾਨਤ ਸਾਂ ਉਹ ਮਾਂ ਸਾਨੂੰ ਸੰਭਾਲਿਆ ਉਸ ਹਾਲਤ ਨੂੰ ਜਨੀਨ ਆਉਂਦੇ ਨੇ ਅੱਲਾ ਫਰਮਾਉਂਦਾ ਮੈਂ ਤੈਨੂੰ ਉਦੋਂ ਦਾ ਜਾਣ ਤੁਸੀਂ ਉਦੋਂ ਦਾ ਸਵਾਦ ਹੀ ਕੋਈ ਨਹੀਂ ਲਿਆ ਤੁਸੀਂ ਲਾਹੌਰ ਵਾਲਿਓ ਮੈਨੂੰ ਉਦੋਂ ਦਾ ਜਾਣਦੇ ਹੋ ਜਦੋਂ ਦਾ ਮੈਂ ਮੌਲਵੀਆਂ ਖਤੀਬ ਹਾਂ ਜਦੋਂ ਮੈਂ ਸਕੂਲ ਜਾਂਦਾ ਸਾਂ ਸਾਈਕਲ ਤੇ ਤੁਸੀਂ ਮੈਨੂੰ ਉਦੋਂ ਦੇ ਨਹੀਂ ਜਾਣਦੇ ਤੁਸੀਂ ਜਦੋਂ ਮੈਨੂੰ ਵੇਖਿਆ ਗੱਡੀ ਤੇ ਵੇਖੇ ਤੇ ਜਿਸ ਮੈਨੂੰ ਉਦੋਂ ਦਾ ਜਾਣਿਆ ਨਾ ਉਦੋਂ ਦਾ ਉਹ ਮੈਂ ਗੱਡੀ ਤੇਜ਼ ਉਹਦੇ ਕੋਲ ਲਗਾਵਾਂ ਨਾ ਉਹ ਆਉਂਦਾ ਇਹਦੇ ਸਾਈਕਲ ਦੇ ਤੁੱਕੇ ਫੇਲ ਹੋ ਗਿਆ ਸਾਰੇ ਸ਼ੁਕਰ ਕਰੋ ਕੋ ਪੁਰਾਣਾ ਪੁਰਾਣਾ ਜਾਣਨ ਵਾਲਾ ਨਾ ਮਿਲ ਜਾਏ ਜਿਹੜਾ ਪੁਰਾਣਾ ਜਾਣਦਾ ਨਾ ਉਹ ਮਾਫ ਨਹੀਂ ਕਰਦਾ ਜਿਹੜਾ ਪੁਰਾਣਾ ਜਾਣਦਾ ਹੈ ਉਹ ਮਾਫ ਉਹ ਦੁਆ ਕਰੋ ਕੋਈ ਨਾ ਮਿਲੇ ਪੁਰਾਣਾ ਜਾਣੇ ਮੈਂ ਇੱਕ ਬੰਦੇ ਨੂੰ ਵੇਖਿਆ ਪੈਂਟ ਪਾਈ ਕੋਟ ਪਾਇਆ ਬਹੁਤ ਅੱਛੀ ਕਿਸਮ ਦਾ ਟਾਈ ਪਰ ਦਿਸਦਾ ਸੀ ਪਿਆ ਵੀ ਕਿਸੇ ਸੀਤਾ ਚੰਗਾ ਹੈ ਇਸ ਪਾਇਆ ਚੰਗਾ ਹੈ ਇਹ ਕਰੀਜ਼ ਠੀਕ ਹੈ ਇਹ ਪੈਂਟ ਦੀ ਕਰੀਜ਼ ਸਿੱਧੀ ਹੁੰਦੀ ਹੈ ਜਿਹਦੀ ਇੱਧਰ ਹੋਈ ਹੋਵੇ ਉਹਨੂੰ ਕੋਈ ਨਹੀਂ ਪਤਾ ਕਿਸੇ ਦੀ ਪਾਈ ਕਰੀਜ਼ਾਂ ਸਿੱਧੀਆਂ ਕੋਟ ਪੈਂਟ ਲਾ ਖੜਨਾ ਇੱਕ ਬੰਦਾ ਮੈਨੂੰ ਆਉਂਦਾ ਇਹਨੂੰ ਜਾਣਨਾ ਮੈਂ ਕਿਹਾ ਬੰਦਾ ਕੋਈ ਅੱਲਾ ਦਾ
कमीर आदमी जापता है, हो सकता टोर वे यदी गड्डी वे यदी टाई वे यदा परफ्यूम वे, वो मैं होया की है उस आख्या यदि पेंट का पहुँचा चुक इनू सैकल की किली बजी ना किली बजी हो तो आखा मेरा प्यो कोई नहीं ये सैकल चलांदा सी ते सैकल दी किली उन्हों वजदी है जिसे सैकल का पैडल ना हो किली ठड़क बजे कि सैकल चलाया हो पैडल हो किली नहीं बजती पैडल किसी वेल टुट के डिग पैंदा निरी किली तो पैर दिंदा तो कई बार बजी होंगी उस आख्या उस सैकल तो मैं वेख्या ही तो टाई यदी वेख दुआ करो पुराना जानना कोई ना हो। मैं आखिरी मिसाल अपनी देना नामी दसवीं पढ़ता सा मैं 1979 मैट्रिक किया नाणपा जाता सा उस दौरान तो साढ़ा पिंड इंज करके बैठा जी यानी उच्चा दरम्यान चौचा दरम्यान उच्चे थान जो उत्थे मैं बारिश हुई सी बारिश मेरे दोवे पैर निकल गए इधर साबण इधर तौलिया मुंड दोवे पैर जो निकले तो मैं सीधा ही थे बह गया चिक्कड़ बेच इतों डिग भी यार शायद साबण किधर हो किधर जरा डिगद है ना बंदा वह पहले दुआलो वेंदा भी को वेंदा तो नहीं आदत है बंदे की तो इंशाला अगली गल जो वेंदा वह चुकता नहीं पहला हसदा अज मैं तुझी हसे बल्कि मैं जिन्हें बंदे डिगते वेखे ने उन्होंने भावें लत टुट गई है ना साडा मुआशरा ऐसा है पहले नंबर पर आखना आओ प्या मैं दुआलों वेख्या वेख्या तो किसी नहीं बारिश बंदे अंदर सन बारिश हुई तुम यकीन करो कुरान सामने मैं बना के गल नहीं पा करता एड्डी कुड़ी एड्डी 79 की गल छत खलोती जी उस उत्तो ऐलान किया पा नासर डिग पिया मैं थले दफाओ नासर डिग वो टुर गई थले बेचारी 79 ते 21 100 ते अगे 23 अज 22 एक 42-43 साल इस गल हो गए बाल बच्चा वह जवान है अगों जी कुड़िया तो मुंडे ब्याए ने जिथे मिलती आती है सना सट तरी लगी साढ़े पिंड भी है मैं क्या तू कुड़िए मैं उत्थे मजसा पढ़ना चाहना वो शहर मैं की करा मैं जदों जाना वो शहर मैं चालू होया कि वो ना आ गया वो दसती है गल भी मैं कोठे खलोती सहाड़ बजा डिग पे यदा मतलब है जरा पुराना जानता ना वो इन्नी को भी गल हो ना इन्नी 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 को डर आता किधर दस ना दे अल्लाह सानू एडा पुराना जानता फिर चुपे अस्करी साहब तशीर लाया इधर रखो अली अब्बास अस्करी साहब हाँ मैं दसना की जी भाई यार अली अब्बास अस्करी साहब आ गए इधरों वेखो मैं पे आ गए ठीक है और कोई आया वो भी दसागा पर वेखो मेरे मैं दसागा उतो ही किसे होना ना या उधर मैं ना काड़ी काड़ी एदा मतलब जो पुराना जानता होनी कुताई हो माफ़ी नहीं देंदा उन्हूं चुक जावा यार जिहड़ा साड़ियां तनहाइयां तो वाकफ है हाय हाय साड़ियां तनहाइयां तो वाकफ तो फिर चुप है खुदा की कसम प्यो पुत्र की नज़र च बा इज्जत है ते उहदी वजह तो चाचा भतीजे की नज़र च बा इज्जत है ते उहदी वजह तो मामा भनेवे की नज़र च बा इज्जत है ते उहदी वजह तो वह आईदी ओनू नहीं दसता तो आदि ओनू नहीं दसता साढ़े माजी तो वाकफ निरा नहीं उस वक्त से जानता हूँ जब तो माओ के पेटों में हाल ते जनीन में थे जरा मैं मौजू पे पढ़ना यदा शिया न तलक नहीं जड़ा जड़ा माँ के पेट चो दुनिया से आया वो मैं गल पे करना जोड़ा बारिश न डिग गया और टुर जाए अल्लाह फरमाता मैं तुम्हें उस वक्त से जानता हूँ जब तुम माओ के पेटों में हालत हाँ हाँ बोलो जनीन में थे होनो जुमला है नफ्स मेरा मौजू है अल्लाह फरमाता फला तज़क्कू अन्फुसकुम अब मुझे ना कहना कि हमारे नफ्स पाक हैं मैं तेरा मुंह तोड़ देना पाया मैं ते तेरे मां दे पेट की गल कर रहा मैं तो के मुंह ना विखाई गुसल कर करके ना विखाई ते खुशबू ला ला के ना विखाई ये बंदे नु विखा मैं तेनू पुराना जानना फला तज़क्कू
انفسکم, تمہارا حق ہی نہیں بنتا کہ مجھے کہو کہ تمہارے نفس پاک ہیں. کتنا کو تو پاک ہے جتنا ماں دے پیٹ جو دنیا تے آیا سا, نہ ماں دی نماز ہون دتی سی, کیونکہ میں تمہیں ماں کے پیٹوں سے جانتا ہوں. میرے عزیزو, ہمارے نفس اس قابل نہیں کہ ہم اس کے سامنے دعویٰ بھی کریں کہ ہمارے نفس پاک ہیں. قرآن اس وچ اللہ فرماتا ہے یزکیہم, زہرا کا بابا تو تو آیا ہی نفسوں کو پاک کرنے. مولا بھی تو جزائے خیر دے میں اس کے سامنے نفس کی پاکیزگی کا دعویٰ بھی نہیں کر سکتے. اور وہ ہے جو نفسوں کو پاک کرنے آیا ہے, نفسوں کو پاک کرنے آیا ہے. جتنا اسی آئے سا اسی بھی پلید, اما جان بھی پلید. مولوی صاحب بڑے بیٹھے ہون اعتکاف وچ تے مستور نو اللہ بیٹا عطا کرے ستاں تیاں تو بڑے مولوی اعتکاف چ ہون تے رمضان ہوئے, اگر وہ ضد کر جائے کہ میں مولوی صاحب کو اذان دعانی ہے تو لوگ کھڑ کے بی بی کی کرنی ہے, وہ تو اعتکاف بیٹھے نے. تو آدھی میں کہڑا کوئی دنیا کا کام آکھنا ہے, اللہ کا کام میں اذان آکھنی ہے, اعتکامت آکھنی ہے میرے پاس نہیں. میں چلی ہاں مولوی صاحب کو جا کے وہ کھیس تانیا ہوں متکف نے, تمہیں یاد ہے کھیس تان کے بچ منہ وڑیا ہوں, انہوں جا کے کول بہ کے کوئی بندہ آ کے وہ تاری مریدنی جہی مسئلے بھی تھوڑے کو پوچھتی ہے بڑی اچھی ہے پارسا ہے نیک بخت ہے متقی ہے تھوڑے تو اعتبار کر دیے, انہوں اللہ بیٹا عطا کیتا ہے, وہ چپ رہن گے کیونکہ اعتکاف بیٹھے. وہ آخے گا مولوی صاحب میں تھوڑے نال, وہ آدھی ہے میں اذان مولوی صاحب کو دوانی, مولوی صاحب پھر چپ رہنا جی وہ آخے وہ آئی بھائی مولوی کھیس پاڑ کے باہر آ جائے گا. اور سکھا کہ انہوں ڈکوئے ہو دل بال ہو اے مسیطے نہ آ جائے. یہ سنے گا میرے سامنے دعویٰ نہ کرنا کہ تمہارے نفس پاک ہیں, میں تمہیں ماں کے پیٹوں سے حالت جلیل میں جانتا ہوں. بندہ کے ہو تے دروازہ مسجد تے آ گئی ہے, مولوی صاحب باہر آ کے کھڑ گئے آپ ہی بھی قرآن دا نہ آئی رومے تو عقیدت نوں اوتھے رہی اوتھے کتھے جتھے جتیاں لتھیاں نے اگے بنی بنی ہے جس مسجد اندروں نہیں ویکھی انہوں میں کی سناواں. سر اٹھاؤ مسجد دا بوا لنگیے تے اگے ایک بنی ہوندی ہے اگے جتیاں لتھیاں ہوندی ہیں اگے مسجد شروع ہوندی ہے. مولوی صاحب آکھن گے ہاں اوتھے 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 بی بی اوتھے تیرے ان بچے ہاں اندر قدم نہ رکھیے مسجد تھلے منہ کر مولوی ترے دن کعبے چ نماز سامنے دعویٰ نہ کرنا کہ ہمارے تمہارے نفس پاک ہیں, میں تمہیں ماں کے پیٹوں سے جانتا ہوں. دیاں پہنا بیٹھی ہیں نے اپنا منڈا دودھ سٹے نا دودھ سٹے, میرا خیال ہے میں اٹلی آ گیا تہاڈے بالا دودھ نہیں کدی سٹیا, اور دودھ دو سٹ دے وہ بچے دا پیٹ چھوٹا ہوندا ہے تینوں پتہ نہیں ہوندا میں کتنا پینا ہے, وہ پی بھی جاندا ہن پیائی جاؤ پی بھی جاندا جا ودھ جاندا باہر سٹ دیندا. آ یار روٹی کھانا بھی کھائی جائے نہ تو حساب نہ رکھے وہی بچہ ہی ہوتا ہے, وہ بچے کو پتہ نہیں لگ گیا وہ دودھ اندروں باہر آئے تو سمیل تھوڑی بہت آتی ہے. منڈا بھی اپنا ہے منڈا بھی اپنا بیٹا بھی اپنا تو سکی بیوی اپنی آنکھیں نا آ ذرا پھڑیا جے پھڑی نہیں اور جڑی آتی ہے پھڑی وہ بھی آئے نا وہ کئی تو ایسیا مہربان ہوتی منڈا پھڑ تیرا ہی ہے, یعنی ایسے ایسے معاملات بھی دیکھے یقین کرو. تو جی بہت مؤدب ہوئے وہ ساری تھی بھن کی آتی ہے آ ذرا ہاں منڈا پھڑیا جی وہ منڈے دودھ سٹیا ہوئے
ਆਪਣੀਆਂ ਭਾਵੇਂ ਉਹਦੀਆਂ ਜਰਾਬਾਂ ਧੁੱਬੀਆਂ ਨੂੰ 6 ਮਹੀਨੇ ਹੋ ਗਏ। ਉਹ ਕੀ ਆਉਂਦਾ ਪਰਾ ਦਿਖਾ ਮੁੰਡਾ ਮੁੰਡਾ ਰੋਂਦੀ ਮੁੰਡੇ ਨੂੰ ਜਿਵੇਂ ਦੀ ਤੂੰ ਉਵੇਂ ਦਾ ਮੁੰਡਾ ਦੁੱਧ ਸੁੱਟਿਆ ਪੀਂਦਾ ਮੂੰਹ ਤਾਂ ਸਾਫ਼ ਕਰ ਇਹਦਾ ਓਏ ਆਪਣੇ ਸੱਕੇ ਖੂਨ ਨੇ ਦੁੱਧ ਸੁੱਟਿਆ ਹੋਵੇ ਥੋੜ੍ਹਾ ਜਿਹਾ ਓਏ ਬੰਦੇ ਆਉਂਦੇ ਨੇ ਆਪਣਾ ਲੈ ਜਾ ਧੋ ਕੇ ਲਿਆ ਮੈਂ ਗਰਦਨ ਕਟਾ ਦਿਆਂਗਾ ਅਲੀ ਦੇ ਮੂੰਹ 'ਚ ਜੀਭ ਰੱਖਣ ਲੱਗਿਆ ਮੁਹੰਮਦ نفسا الا وسعها اللہ کسی نفس پر اس کی وسعت سے زیادہ بوجھ نہیں ڈالتا یہ تو مطلب ہے ہمارے نفوس